ਪਿਛਲੇ ਕੁਝ ਦਿਨਾਂ ਤੋਂ ਨਾ ਕਈ ਬੱਚੇ ਪਰੇਸ਼ਾਨ ਨੇ ਕਿਉਂਕਿ ਕਈ ਓਂਟਾਰੀਓ ਦੇ ਕਾਲਜਸ 'ਚ ਕਈ ਪ੍ਰੋਗਰਾਮਸ ਦੇ ਵਿੱਚ PAL ਲੈਟਰ ਨਹੀਂ ਇਸ਼ੂ ਹੋਊਗਾ। ਤਾਂ ਮੈਂ ਨਾ ਤੁਹਾਨੂੰ ਇਸ ਵੀਡੀਓ 'ਚ ਅੱਜ ਲਿਸਟ ਦਿੰਦਾ ਵੀ ਕਿਹੜੇ ਕਾਲਜ 'ਚ ਕਿਹੜੇ ਪ੍ਰੋਗਰਾਮਸ ਦੇ ਵਿੱਚ PAL ਲੈਟਰ ਨਹੀਂ ਇਸ਼ੂ ਹੋਊਗਾ। ਤਾਂ ਸਭ ਨਾਲੋਂ ਪਹਿਲਾਂ ਗੱਲ ਕਰਦੇ ਹਾਂ ਸੇਂਟ ਲੋਰੈਂਸ ਕਾਲਜ ਦੀ। ਸੇਂਟ ਲੋਰੈਂਸ ਕਾਲਜ ਦੇ ਵਿੱਚ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਆਫਿਸ ਐਡਮਿਨਿਸਟ੍ਰੇਸ਼ਨ, ਜਨਰਲ ਬਿਜ਼ਨਸ ਫੰਡਾਮੈਂਟਲਸ, ਇਹ ਦੋ ਪ੍ਰੋਗਰਾਮਸ 'ਚ ਤੁਹਾਨੂੰ PAL ਲੈਟਰ ਨਹੀਂ ਇਸ਼ੂ ਹੋਣਾ, ਤਾਂ ਤੁਸੀਂ ਨਾ ਅਪਲਾਈ ਕਰਿਓ। ਇਹ ਤੋਂ ਬਾਅਦ ਗੱਲ ਕਰਦੇ ਹਾਂ ਕੇਂਬਰੀਅਨ ਕਾਲਜ ਦੀ। ਇਹਦੇ ਵਿੱਚ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਅਤੇ ਔਰਗਨਾਈਜੇਸ਼ਨਲ ਮੈਨੇਜਮੈਂਟ, ਇਹ ਦੋ ਪ੍ਰੋਗਰਾਮਸ 'ਚ PAL ਲੈਟਰ ਨਹੀਂ ਆਊਗਾ। ਪੈਂਸ਼ਵੇ ਕਾਲਜ ਦੇ ਵਿੱਚ ਬਿਜ਼ਨਸ ਮੈਨੇਜਮੈਂਟ, ਅੰਟਰਪ੍ਰਨਿਓਰਸ਼ਿਪ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਬਿਜ਼ਨਸ ਅਨਾਲਿਸਿਸ, ਬਿਜ਼ਨਸ ਫੰਡਾਮੈਂਟਲਸ, ਆਫਿਸ ਐਡਮਿਨਿਸਟ੍ਰੇਸ਼ਨ ਜਨਰਲ, ਬਿਜ਼ਨਸ ਮੈਨੇਜਮੈਂਟ, ਅੰਟਰਪ੍ਰਨਿਓਰਸ਼ਿਪ, ਇਹ ਵਾਲੇ ਪ੍ਰੋਗਰਾਮਸ 'ਚ ਨਹੀਂ ਆਊਗਾ। ਇਸ ਤੋਂ ਇਲਾਵਾ ਜਿਹੜੇ ਮੈਂ ਤੁਹਾਨੂੰ ਪ੍ਰੋਗਰਾਮ ਦੱਸਣਾ ਚਾਹੁੰਦਾ ਉਹ ਹੈਗੇ ਨੇ ਜਾਰਜ ਬਰਾਊਨ ਕਾਲਜ 'ਚ, ਕੈਨੇਡੋਰ ਕਾਲਜ 'ਚ, ਲੋਇਲਿਸਟ ਕਾਲਜ 'ਚ ਅਤੇ ਕੋਨੈਸਟੋਗਾ ਕਾਲਜ 'ਚ। ਇਹਨਾਂ ਦੀ ਲਿਸਟ ਮੈਂ ਆਪਣੀ ਸੈਕਿੰਡ ਪਾਰਟ ਆਫ ਦਾ ਵੀਡੀਓ 'ਚ ਸ਼ੇਅਰ ਕਰੂੰਗਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਉਹ ਬੱਚਿਆਂ ਨਾਲ ਸ਼ੇਅਰ ਕਰੋ ਜਿਹੜੇ ਆਫਰ ਲੈਟਰ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਗਲਤ ਪ੍ਰੋਗਰਾਮ 'ਚ ਅਪਲਾਈ ਨਾ ਕਰਨ। ਦੂਜਾ ਭਾਗ ਇਸ ਵੀਡੀਓ ਦਾ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਅਤੇ ਇਸ ਵੀਡੀਓ ਨੂੰ ਸੇਵ ਕਰ ਲਓ।